हेलो हेलो हाँ जी चाह पी देखी जालंधर के थाना बारादरी के अंदर आते तहसील कॉम्प्लेक्स के सामने एक ढाबे पर बैठे हुए सिक्योरिटी ट्रांस एजेंसी के गनमैन गुरमेश सिंह निवासी जीरा के हाथ से गोली चल गई, जिसमें कि तीन लोग घायल हो गए और तीन में से दो फोटो जर्नलिस्ट भी शामिल हैं। गोली चलने की सूचना मिलते ही थाना बारादरी और थाना चार की पुलिस मौके पर पहुंची और जांच शुरू की। थाना चार के प्रभारी गनमैन गुरमेश सिंह को राउंडअप कर थाने ले गए। वहीं ACP जालंधर सेंट्रल दलबीर सिंह भुट्टर ने बताया कि आरोपी गनमैन से पूछताछ की जा रही है और उसकी गन का लाइसेंस भी चेक कर आगे की कार्रवाई की जाएगी। सर की नाम अपना सर? गुरमेश है। कितने रहने सर? रहने ना जीरे तो ऐसे गनमैन ऐसे लगा ना। की काम की करते सर? ये गनमैन ये ना कैश थे। किधर बैंक थे? अब बैंक का ये जो अपनी है ना ठेका ही है थर्ड आई है उनका। की गाली क्यों ही पाजी कितना आया काम में? ये आ कैश ही पाऊंगा ATM आई तो रफल तले दे चल गई और देख के रोटी खान डाया। ਪਤਾ ਨਹੀਂ ਕਿ ਕੋਈ ਇਕੱਲੇ ਨੇ ਜਾਦੀ ਆਈ ਇਹਨੂੰ ਏਸੀ ਇਸੇ ਦੀ ਤੇ ਚੱਲੀ ਕਿਤਾ ਭਾਜੀ ਟੇਕ ਕੇ ਤੁਸੀਂ ਫੜੀ ਨਹੀਂ ਤੱਚ ਭਾਜੀ ਫੜੀ ਸੀ ਇਤਰਾਸ ਕਰਨ ਲੱਗਾ ਉਹ ਥੱਲੇ ਡਿੱਗ ਪਈ ਉੱਧਰ ਰੋਟੀ ਖਾਣ ਡਿਆ ਡੱਬਾ ਬੰਦ ਕਰਨ ਡਿਆ ਕਿੰਨੇ ਬੰਦੇ ਜ਼ਖਮੀ ਹੋਏ ਇੱਕ ਹੀ ਹੋਇਆ ਅਸੀਂ ਨਾ ਦੈਨਿਕ ਪਾਸਕਰ ਅਖਬਾਰ ਦੇ ਬਾਅਦ ਚਾਹ ਪੀ ਰਹੇ ਸੀਗੇ ਚਾਹ ਪੀਂਦੇ ਪੀਂਦੇ ਉੱਥੇ ਗੋਲੀ ਚੱਲਣ ਦੀ ਪਤਾ ਲੱਗਾ ਗੋਲੀ ਚੱਲੀ ਉਹ ਗੋਲੀ ਮੇਰੇ ਪੱਟ 'ਤੇ ਲੱਗੀ ਹੈ रजत ग्रोवर एक मनमोहन है एक शुक्ला जी है कोई चार चार सारे ठीक है ਜਿਹੜੇ ਵੱਖ ਵੱਖ ATM ਦੇ ਵਿੱਚ ਵੱਖ ਵੱਖ ਬੈਂਕਾਂ ਤੋਂ ਪੈਸਾ ਇਕੱਠਾ ਕਰਕੇ ਅਤੇ ਕੈਸ਼ ਡਾਲਦੀਆਂ ਰੋਜ਼ ਦੀ ਤਰ੍ਹਾਂ ਇਹ ਅੱਜ ਵੀ ਆਪਣੇ ਪੈਸੇ ਕਢਾ ਕੇ ਲਾ ਕੇ ਪਾ ਕੇ ਅਤੇ ਐਕਸੈਸ ਬੈਂਕ 'ਚ ਪੈਸੇ ਪਾਉਣ ਆਏ ਸੀਗੇ ਉੱਥੇ ਇਹਨਾਂ ਨੂੰ ਪੂਰੀਆਂ ਰੋਟੀ ਖਾਣ ਲੱਗ ਪਏ ਰੋਟੀ ਖਾਣ ਲੱਗੇ ਅਤੇ ਉਹ ਜਿਹੜੀ ਇਹਨਾਂ ਗੰਦ ਜਿਹੜੀ ਆ ਸਾਈਡ 'ਤੇ ਨਾਲ ਲਾਈ ਆਪਣੇ ਸਾਈਡ ਤੋਂ ਨਾਲ ਲਾਉਣ ਕਰਕੇ ਗੰਦ ਜਿਹੜੀ ਤਿਲਕ ਗਈ ਜਾਂ
ਤੇ ਤਿਲਕਣ ਦੇ ਕਾਰਨ ਜਿਹੜੀ ਉਹਦੇ ਸੱਟ ਲੱਗ ਕੇ ਡਿੱਗ ਪਈ। ਡਿੱਗਣ ਦੇ ਕਾਰਨ ਫਾਇਰ ਚੱਲ ਗਿਆ। ਜਿਹੜਾ ਰਾਊਂਡ ਲੋਡ ਸੀਗਾ ਉਹ ਜਿਹੜਾ ਦੋ ਜਵਾਨਾਂ ਦੇ ਲੱਗਾ ਉਹਨਾਂ ਦੀ ਅਸੀਂ ਤਫਤੀਸ਼ ਚੱਲੀ ਆ। ਤਫਤੀਸ਼ ਕਰਨ ਦੇ ਉੱਤੇ ਅਸੀਂ ਉਹਨੂੰ ਦਾਖਲ ਕਰਾਇਆ ਹੋਸਪਿਟਲ। ਹੋਸਪਿਟਲ ਦਾਖਲ ਕਰਾਉਣ 'ਤੇ ਜੋ ਵੀ ਬਿਆਨ ਦੇਣਗੇ ਜਿਸ ਤਰ੍ਹਾਂ ਕਿ ਉਸੇ ਤਰੀਕਾ ਦੇ ਅਸੀਂ ਕਾਰਵਾਈ ਕਰ ਦਾਂਗੇ। ਇਹਦੇ ਖਿਲਾਫ਼ ਅਸੀਂ ਐਕਸ਼ਨ ਲਾਂਗੇ। ਜਿਹੜਾ ਬੰਦਾ ਸਰ ਕਿੰਨੀ ਕੁ ਚੋਟ ਆਈ ਹੈ ਜਿਹਨਾਂ ਨੂੰ? ਕਿੰਨੇ ਬੰਦੇ ਜ਼ਖਮੀ ਹੋਏ? ਇਹਦੇ 'ਚ ਬੰਦੇ ਦੋ ਜ਼ਖਮੀ ਆ। ਹੋਸਪਿਟਲ ਆ ਦੋ ਹੀ ਬੰਦੇ ਜ਼ਿਆਦਾ ਜ਼ਖਮੀ ਆ ਜਿਹਨਾਂ ਦੇ ਸਾਹਮਣੇ ਲੱਗੇ ਆ। ਕਹਿਣ ਨੂੰ ਤਾਂ ਲੋਕ ਕਹਿ ਰਹੇ ਪਰ ਚਾਰ ਪਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਦੋ ਬੰਦੇ ਸਾਹਮਣੇ ਆਏ। ਹਾਂਜੀ ਘਟਨਾ ਇਹ ਪੁੱਡਾ ਗਰਾਊਂਡ ਦੇ ਸਾਹਮਣੇ ਹੋਈ ਆ, ਡੀ ਸੀ ਦਫ਼ਤਰ ਦੇ ਸਾਹਮਣੇ। ਅਤੇ ਉੱਥੇ ਏ ਟੀ ਐੱਮ ਨਾ ਐਕਸੈਸ ਬੈਂਕ ਉੱਥੇ ਪਾ ਰਹੇ। ਗਨ ਲੋਕ ਨਹੀਂ ਸੀ ਹੁੰਦੀਆਂ ਇਹ, ਕਿਉਂਕਿ ਕੈਸ਼ ਲੈ ਕੇ ਜਾ ਰਹੇ ਸੀਗੇ। ਰੈਡੀ ਪੋਜੀਸ਼ਨ 'ਚ ਹੋਣ ਕਰਕੇ ਜਿਹੜੀ ਹੋਗੀ ਲਸੈਂਸ ਹੈ ਇਹਨਾਂ ਕੋਲ, ਅਸੀਂ ਚੈੱਕ ਕਰ ਰਹੇ ਹਾਂ। ਫਿਰ ਵੀ ਐਕਸੈਸ ਬੈਂਕ ਆ, ਦੁਬਾਰਾ ਫਿਰ ਚੈੱਕ ਕਰਕੇ ਉਹਦਾ ਲਸੈਂਸ ਜਿਹੜਾ ਅਸੀਂ ਬਣਦੀ ਲਸੈਂਸ 'ਤੇ ਵੀ ਕਾਰਵਾਈ ਕਰਾਂਗੇ। ਜੇ ਕੈਂਸਲ ਕਰਨ ਦੀ ਲੋੜ ਪਈ ਤਾਂ ਕੈਂਸਲ ਵੀ ਲਿਖਾਂਗੇ। ਕਾਰਵਾਈ ਕਰ ਰਹੇ, ਬਿਆਨ ਲੈ ਰਹੇ, ਉਹਨਾਂ ਕੋਲ ਵੀ ਬਿਆਨ ਲੈ ਰਹੇ, ਇਹਦੇ ਕੋਲ ਵੀ ਤੁਹਾਡੇ ਸਾਹਮਣੇ ਪੁੱਛਗਿੱਛ ਕਰ ਰਹੇ। ਉਸ ਤੋਂ ਬਾਅਦ ਜੋ ਵੀ ਸਹੂਲਤ ਬਣੇਗੀ, ਪਹਿਲਾਂ ਇਨਵੈਸਟੀਗੇਸ਼ਨ ਕਰਨਾ ਜ਼ਰੂਰੀ ਆ ਵੀ ਇਹ ਕਾਰਨ ਘਟਨਾ ਕੀ ਹੋਈ ਆ। ਘਟਨਾ ਦੀ ਜ਼ਰੂਰਤ ਸਮਝਣ ਤੋਂ ਬਾਅਦ ਹੀ ਅਗਲੀ ਕਾਰਵਾਈ ਐਂਬੂਲੈਂਸ ਲੈਂਦੀ ਹੈ।